ਕੀ ਨਾਮ ਤੁਹਾਡਾ? ਵਿਜੇ ਕੁਮਾਰ। ਵਿਜੇ ਜੀ ਕਿੱਥੇ ਰਹਿਣ ਵਾਲੇ ਹੋ? ਇੱਥੋਂ ਦੇ ਰਹਿਣ ਵਾਲੇ ਹਾਂ। ਇਹ ਅੱਜ ਜਿਹੜਾ ਤੁਸੀਂ ਚੋਰ ਫੜਿਆ ਹੈ ਕੀ ਗੱਲ ਹੈ ਤੁਸੀਂ ਸਾਰਾ ਦੱਸ ਦਿਓ। ਜੀ ਰਾਜੀ ਅੱਗੇ ਵੀ ਮੇਰੇ ਦੋ ਵਾਰੀ ਚੋਰੀ ਕਰਕੇ ਲੈ ਗਿਆ ਜੀ। ਇੱਕ ਦਿਨ ਕਣਕ ਚੁੱਕ ਕੇ ਲੈ ਗਿਆ, ਉਹਨੂੰ ਮੈਂ ਗੌਰ ਨਹੀਂ ਕੀਤੀ। ਠੀਕ ਹੈ ਬਾਈ, ਚਾਹੀ ਜਦੋਂ ਕਣਕ ਮੈਂ ਕਿਹਾ ਸ਼ਾਇਦ ਮੈਂ ਪੀ ਛੱਡੀ ਹੈ ਨਾ, ਅਤੇ ਉਹਦਾ ਮੈਨੂੰ ਲੱਗਾ ਲੋਕੀ ਡਿਪੂਆਂ ਵਾਲੇ ਕਣਕ ਲੈ ਕੇ ਅਤੇ ਮੇਰੇ ਕੋਲ ਰੱਖ ਲੈਂਦੇ ਆ, ਤੋਂ ਬਾਅਦ 'ਚ ਆਟਾ ਪਿਆਉਂਦੇ ਰਹੇ। ਉਹ ਨਹੀਂ ਗੌਰ ਕੀਤੀ। ਇੱਕ ਦਿਨ ਮੈਂ ਇਹ ਵੀ 20 ਕਿਲੋ ਆਟਾ ਜਿੱਦਾਂ ਮੈਂ ਪੀਸਿਆ ਇਸੇ ਲੇਡੀ ਦਾ ਸੀ, ਪਰਸੋਂ 20 'ਚ ਰੱਖਿਆ ਅਤੇ ਸ਼ੁੱਕਰਵਾਰ ਦੀ ਗੱਲ। ਠੀਕ ਹੈ, ਇਹ ਆਏ ਹੈ, ਇਹਨਾਂ ਆਟਾ ਲੈ ਗਏ ਨੇ, ਮੈਨੂੰ ਨਹੀਂ ਪਤਾ ਲੱਗਾ। ਮੈਂ ਜਦੋਂ ਅੰਦਰ ਗਿਆ ਮੈਂ ਕਿਹਾ ਆਟਾ ਤਾਂ ਮੈਂ ਕਿਸੇ ਨੂੰ ਨਹੀਂ ਦਿੱਤਾ, ਮੈਂ ਆਪਣੇ ਆਪਣੇ ਗਾਹਕਾਂ ਨੂੰ ਫੋਨ ਕੀਤਾ, ਕਹਿੰਦੇ ਅਸੀਂ ਨਹੀਂ ਲਿਆ। ਫਿਰ ਅਸੀਂ ਟੀ ਵੀ ਜਦੋਂ ਵੇਖਿਆ ਉਹਦੇ 'ਚ ਦੇਖਿਆ ਸੀ ਕਿ ਆਉਂਦਾ ਪਿਆ, ਆਟਾ ਚੱਕ ਕੇ ਇੱਥੇ ਰੱਖਿਆ ਇਹਨੇ, ਪਿੱਟ ਪਿੱਛੇ ਲਾਇਆ ਲੈ ਗਿਆ। ਠੀਕ ਹੈ, ਇਹ ਦੋ ਜਣੇ ਸੀ ਉਸਨੇ। ਠੀਕ ਹੈ, ਇੱਕ ਜਣਾ ਉੱਥੇ ਜਾ ਕੇ ਬਹਿ ਗਿਆ। ਉਸ ਤੋਂ ਬਾਅਦ ਇਹ ਮੈਂ ਕੱਲ੍ਹ ਵੀ ਬੈਠਾ ਰਿਹਾ ਅੰਦਰ ਆਪਣੇ ਲੁੱਕ ਕੇ, ਸ਼ਨੀਵਾਰ ਵੀ ਬੈਠਾ ਰਿਹਾ ਮੈਂ ਲੋਕਾਂ, ਇਹਨੇ ਆਏ। ਅੱਜ ਮੈਨੂੰ ਪੂਰੀ ਉਮੀਦ ਸੀ, ਮੈਂ ਨਾਸ਼ਤਾ ਨਹੀਂ ਕੀਤਾ, ਮੈਨੂੰ ਪੂਰੀ ਉਮੀਦ ਸੀ ਕਿ ਇਹ ਆਏਗਾ ਜ਼ਰੂਰ। ਮੈਂ ਉਹ ਪਿੱਛੇ ਲੋਕ ਕੇ ਬੈਠਾ ਰਿਹਾ। ਇਹ 12 ਵਜੇ ਦੇ ਕੋਈ 10 ਮਿੰਟ ਦੇ ਵਿੱਚ ਵਿੱਚ ਇਹਨਾਂ ਦੀ ਐਂਟਰੀ। ਅੱਜ ਵੀ ਦੋ ਜਣੇ ਆਏ ਸੀ? ਦੋ ਤਿੰਨ ਜਣੇ ਸੀ, ਅੱਜ ਵੀ ਦੋ ਜਣੇ, ਉਹ ਭੱਜ ਗਏ। ਕਿਹਾ ਠੀਕ ਹੈ, ਇਹਨੇ ਜਦੋਂ ਆਟਾ ਮੈਂ ਕਹਿੰਦਾ ਚੁੱਕ ਲਵੇ, ਇਹਨੇ ਆਟਾ ਉੱਥੋਂ ਚੁੱਕਿਆ ਬੋਰੀ, ਚੁੱਕ ਕੇ ਲਿਆ ਕੇ ਬਾਹਰ ਰੱਖੀ ਹੈ। ਇਹ ਮੁੰਡਾ ਉਹ ਜਿਹੜਾ ਦੂਜਾ ਸੀ ਉਹ ਇੱਥੇ ਸੀਗਾ, ਇਹ ਸਮਝਿਆ ਉੱਧਰ ਹੈ, ਇਹ ਉੱਧਰ ਵੇਖਣ ਗਿਆ ਉਹਨੂੰ, ਤੇ ਮੈਂ ਇਹਨੂੰ ਉੱਥੋਂ ਕੈਚ ਕਰ ਲਿਆ। ਬਾਈਕ ਆਏ ਸੀਗੇ ਕਿਤੇ? ਅਸੀਂ ਪੈਦਲ ਆਉਂਦੇ ਹਾਂ ਜੀ, ਪੈਦਲ। ਇਹਨਾਂ ਨੇ ਫਿਰ 3-wheeler ਕਰਦੇ ਨੇ, ਇਹ ਫਿਰ ਜਿਹੜੇ ਚਿੱਟਾ ਵੇਚਦੇ ਨੇ ਉਹਨਾਂ ਦੇ ਅੱਗੇ ਜਾ ਕੇ 300-400 ਰੁਪਇਆ ਵੇਚ ਦਿੰਦੇ, ਜਦਕਿ ਇਹ 990 ਰੁਪਏ ਦਾ ਆਟਾ। ਠੀਕ ਹੈ, ਹੁਣ ਤੁਸੀਂ ਪੁਲਿਸ ਕੰਪਲੇਂਟ ਕਰ ਦਿੱਤੀ? ਨਹੀਂ ਕਰਨੀ। ਤੁਹਾਡੀ ਚੱਕੀ ਦਾ ਕੀ ਨਾਮ ਹੈ ਜੀ? ਜੰਬਾ, ਜੰਬਾ ਆਟਾ ਚੱਕੀ। ਠੀਕ ਹੈ।